ਵਿਚਾਰਦੇ ਹਨ। ਛੋੜ ਜਾਹੇ ਸੀ ਕਰਹਿ ਪਰਾਲ, ਇਹ ਜੀਵ ਜਿਹੜੇ ਪਦਾਰਥ ਛੱਡ ਕੇ ਚਲੇ ਜਾਣੇ ਹੈ, ਉਹਨਾਂ ਪਦਾਰਥਾਂ ਵਾਸਤੇ ਪਰਾਲੀ ਦੀ ਨਿਆਈ ਫੋਕੇ ਤੂੰ ਕਰਮ ਕਰ ਰਿਹਾ ਹੈ। ਕਾਮਨਾ ਆਵ ਹੈ ਸੀ ਜੰਜਾਲ, ਜਿਨ੍ਹਾਂ ਸੰਬੰਧੀਆਂ ਨੇ ਤੇਰੇ ਕੰਮ ਨਹੀਂ ਆਉਣਾ, ਸੇ ਉਹਨਾਂ ਦੇ ਜੰਜਾਲ ਬੰਧਨਾਂ ਚ ਪਿਆ ਹੋਇਆ ਰਾਤ ਨੇ। ਸੰਗ ਨਾ ਚੱਲ ਹੈ ਤਿੰਨ ਸਿਉ ਹੀਤ, ਅਤੇ ਜਿਨ੍ਹਾਂ ਪਦਾਰਥਾਂ ਨੇ, ਜਿਨ੍ਹਾਂ ਕੰਮਾਂ ਨੇ, ਜਿਨ੍ਹਾਂ ਸੰਬੰਧੀਆਂ ਨਾਲ ਨੀ ਜਾਣਾ, ਉਹਨਾਂ ਦੇ ਨਾਲ ਮੋਹ ਲਾਈ ਬੈਠਾ, ਹਿੱਤ ਲਾਈ ਬੈਠਾ ਹੈ। ਜੋ ਬੈਰਾਈ ਸੇ ਮੀਤ, ਜਿਹੜੇ ਛੱਡ ਜਾਣੇ ਹਨ ਕੰਮ, ਉਹ ਪਰਾਲੀ ਦੀ ਨਿਆਈ ਫੋਕੇ ਕੰਮ ਕਰਦਾ, ਸਕਾਮ ਕਰਮ ਕਰਦਾ ਹੈ। ਜਿਹੜੇ ਪਦਾਰਥ ਕੰਮ ਨੀ ਆਉਣੇ, ਉਹਨਾਂ ਬੰਧਨਾਂ ਚ ਪਿਆ ਰਹਿੰਦਾ ਹੈ। ਜਿਹੜੇ ਸੰਬੰਧੀਆਂ ਨਾਲ ਨੀ ਜਾਣਾ, ਉਹਨਾਂ ਦੇ ਨਾਲ ਹਿੱਤ ਲਾਈ ਬੈਠਾ ਹੈ। ਜੋ ਬੈਰਾਈ ਸੇ ਮੀਤ, ਜਿਹੜੇ ਤੇਰੇ ਬੈਰੀ ਹੈ, ਕਾਮ ਕਰੋ ਲੋਭ ਮੋਹ ਹੰਕਾਰ, ਉਹਨੂੰ ਆਪਣੇ ਮਿੱਤਰ ਸਮਝਦਾ ਹੈ। ਐਸੇ ਭਰਮ ਭੁੱਲੇ ਸੰਸਾਰ, ਇਸ ਪ੍ਰਕਾਰ ਭਾਈ ਭਰਮ ਦੇ ਵਿੱਚ ਸੰਸਾਰ ਦੇ ਜੀਵ ਸਾਰੇ ਭੁੱਲ ਗਏ ਹਨ। ਜਨਮ ਪਦਾਰਥ ਖੋਏ ਗਵਾਰਾ, ਇਹ ਜਨਮ ਅਮੋਲਕ ਪਦਾਰਥ ਮਿਲਿਆ ਹੋਇਆ ਸੀ ਮਹਾਰਾਜ ਜੀ ਨੂੰ, ਪਦਾਰਥ ਗਿਣੇ ਹੈ, ਪ੍ਰੇਮ ਪਦਾਰਥ, ਨਾਮ ਪਦਾਰਥ, ਅਤੇ ਇਸੇ ਪ੍ਰਕਾਰ ਗਿਆਨ ਪਦਾਰਥ, ਮੁਕਤ ਪਦਾਰਥ, ਜਨਮ ਵੀ ਪਦਾਰਥ ਹੈ। ਸੋ ਇਹ ਜਨਮ ਰੂਪੀ ਪਦਾਰਥ ਦੇ ਤਾਈ ਗਵਾਰ ਬਸਮਝ ਤਾਈ ਇਹ ਗਵਾਰ ਖੋਏ ਗਵਾ ਲਿਆ ਹੈ। ਰਹਾਉ ਸਾਜ ਧਰਮ ਨਹੀਂ ਭਾਵੈ ਡੀਠਾ, ਸੱਚਾ ਧਰਮ ਜੋ ਸਤਿਗੁਰੂ ਮਹਾਰਾਜ ਸਾਹਿਬ ਦੱਸਦੇ ਹਨ, ਤਾਈ ਸਾਹਿਬ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ, ਸੱਚਾ ਅੰਮ੍ਰਿਤ ਨਾਮ ਦਾ ਜਪਣਾ ਤੇ ਹੋਰਨਾਂ ਦੇ ਤਾਈ ਜਪਾਉਣਾ ਇਹ ਸੱਚਾ ਧਰਮ ਸੀ। ਇੱਕ ਪਰਮੇਸ਼ਰ ਦਾ ਧਰਮ ਭਰੇ ਧਰਨੀ ਘਰ ਧਰ ਗੁਣਕਾਰੀ ਮਨ ਧੀਰਾ, ਧਰਨੀ ਧਰ ਪਰਮੇਸ਼ਰ ਦੇ ਧਰਮ ਨੂੰ ਨਾਮ ਦੇ ਨੂੰ ਧਾਰਨ ਕਰਨਾ ਸੀ, ਗੁਣਕਾਰੀ ਉਪਕਾਰੀ ਸੁਭਾਅ ਹੋਣਾ ਸੀ, ਮਨ ਵਿਸ਼ਿਆਂ ਦੀ ਕੁਸੰਗਤ ਵੱਲੋਂ ਧੀਰਜ ਦੇ ਸਹਿਤ ਹੋਣਾ ਸੀ, ਗੁਣਕਾਰੀ ਵਿਸ਼ਿਆਂ ਦੀ ਦੁਆਈ ਕਰਨੀ ਚਾਹੀਦੀ ਸੀ, ਧੀਰਜ ਧਾਰੀ ਹੋਣਾ ਚਾਹੀਦਾ ਸੀ। ਇਹ ਧਰਮ ਦੇ ਲੱਛਣ ਸਨ। ਜਿਸ ਬਾਬਤ ਕਿਹਾ ਸੀ ਨਾ ਬਲੰਬ ਧਰਮ ਬਲੰਬ ਪਾਪੰ ਦ੍ਰਿੜੰਤ ਨਾਮ ਪਿਯੰਤ ਲੋਭ ਹੂੰ ਸੰਤ ਸੰਗ ਸੰਤੰ ਕਿਲਬਖ ਨਾਸੰ। ਇਹ ਧਰਮ ਦੇ ਲੱਛਣ ਸੀ। ਉਹ ਸੱਚਾ ਧਰਮ ਤੈਨੂੰ ਦੇਖਿਆ ਹੀ ਨੀ ਪਾਉਂਦਾ, ਚੰਗਾ ਹੀ ਨੀ ਲੱਗਦਾ ਹੈ। ਝੂਠ ਧੋ ਸਿਉ ਰਚਿਓ ਮੀਠਾ, ਝੂਠ ਬੋਲਣ ਵਿੱਚ, ਧੋ ਧੋਖੇਬਾਜ਼ੀ ਕਰਨ ਚ, ਛਲ ਵਿੱਚ, ਇਹ ਹੈ ਤਾਂ ਮਿੱਠੇ ਤੇਲੀਏ ਦੀ ਨਿਆਈ ਜਿਹੜੇ ਕਰਮ ਹਨ, ਪਰ ਤੈਨੂੰ ਮਿੱਠਾ ਲੱਗਦਾ ਹੈ, ਇਹਨਾਂ ਵਿੱਚ ਰਚਿਆ ਹੋਇਆ ਮਿੱਠਾ ਤੇਲੀਆ ਜ਼ਹਿਰ ਹੁੰਦਾ ਹੈ, ਜ਼ਹਿਰ ਦੀ ਨਿਆਈ ਇਹਨੂੰ ਮਿੱਠਾ ਪਿਆਰਾ ਮੰਨੀ ਬੈਠਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਸ ਵਾਹਿਗੁਰੂ ਦਾਤ ਨੇ ਦਾਤੇ ਨੇ ਦਾਤਾਂ ਦਿੱਤੀਆਂ ਹਨ, ਉਹ ਪਿਆਰਾ ਪਰਮੇਸ਼ਰ ਤੈਨੂੰ ਭੁੱਲ ਗਿਆ ਹੈ। ਉਹ ਦਾਤਾ ਸਾਰੀਆਂ ਦਾਤਾਂ ਦੇਣ ਵਾਲਾ, ਦਾਤਾਂ ਪੁੱਤਰ ਧੀਆਂ ਆਦਿਕ ਜਿੰਨੇ ਪਦਾਰਥ ਦਿੱਤੇ ਹੋਏ ਹੈ, ਇਹਨਾਂ ਦਾਤਾਂ ਨੂੰ ਪਿਆਰੀਆਂ ਕਰ ਬੈਠਾ ਹੈ। ਇਸ ਕਰਕੇ ਤੂੰ ਅਕਿਰਤ ਕਰ ਹੈ, ਦਾਤਾਰ ਪਰਮੇਸ਼ਰ ਨੂੰ ਬਲਬਸਾਰ ਬੈਠਾ ਹੈ। ਜਾਣੈ ਨਾਹੀ ਮਰਨ ਵਿਚਾਰਾ, ਐਸਾ ਵਿਚਾਰਾ ਸ਼ੋਧਾ ਤੁਛ ਹੋ ਰਿਹਾ ਹੈ, ਤੂੰ ਆਪਣੇ ਮੌਤ ਨੂੰ ਜਾਣਦਾ ਹੀ ਨਹੀਂ ਹੈ, ਇਸ ਪ੍ਰਕਾਰ ਦਾ ਤੂੰ ਕੰਗਾਲ ਹੋ ਰਿਹਾ, ਗਰੀਬ ਹੋ ਰਿਹਾ ਹੈ। ਵਸਤ ਪਰਾਈ ਕਉ ਉਠ ਰੋਵੈ, ਪਰਾਈ ਬਗਾਨੀ ਇਸਤਰੀ ਪਰਾਇਆ ਧਨ, ਇਹਨਾਂ ਨੂੰ ਵੇਖ ਵੇਖ ਕੇ ਹਮੇਸ਼ਾ ਲਈ ਉੱਠ ਕੇ ਰੋਂਦਾ ਕਿ ਮੈਨੂੰ ਕਿਉਂ ਨੀ ਚੰਗੇ ਸੁੰਦਰ ਸਰੂਪ ਵਾਲੀਆਂ ਪ੍ਰਾਪਤ ਹੋਈਆਂ, ਇਹ ਪਦਾਰਥ ਦੁਨੀਆਂ ਦੇ ਨਾਸ਼ ਹੋ ਕੇ ਮੇਰੇ ਘਰ ਕਿਉਂ ਨੀ ਹੈ, ਇਸ ਪ੍ਰਕਾਰ ਉੱਠ ਉੱਠ ਕੇ ਰੋਂਦਾ ਹੈ ਹਮੇਸ਼ਾ। ਕਰਮ ਧਰਮ ਸਗਲਾਈ ਖੂਬ, ਜਿਹੜਾ ਕਰਮ ਕਰਨਾ ਸੀ ਨਿਤ ਨਿਮਿਤ ਆਦਿਕ, ਧਰਮ ਕਰਨਾ ਸੀ ਜੱਗ ਆਦਿਕ, ਉਹ ਸਾਰਾ ਹੀ ਗੁਆਈ ਜਾਣਾ ਹੈ, ਕੋਈ ਵੀ ਧਰਮ ਨਹੀਂ ਹੈ ਤੇਰੇ ਅੰਦਰ। ਹੁਕਮ ਨਾ ਬੂਝੈ ਆਵਣ ਜਾਣੇ, ਵਾਹਿਗੁਰੂ ਦੇ ਹੁਕਮ ਨੂੰ ਨਹੀਂ ਬੁਝਦਾ ਕਿ ਜਨਮ ਧਾਰ ਕੇ ਜਿਵੇਂ ਆਈਦਾ ਪਰਾਲਵ ਸਮਾਪਤ ਹੋਈ ਤੇ ਉਦੋਂ ਜਾਣਾ ਪਵੇਗਾ ਪਰਲੋਕ ਨੂੰ। ਇਹ ਸਰੀਰ ਦੁਨੀਆਂ ਦੇ ਅੰਦਰ ਜੋ ਆਇਆ ਸੋ ਚੱਲ ਸੀ, ਸਭ ਕੋਈ ਵਾਰੀ ਆਈ ਵਾਰੀ ਹੈ, ਇਹ ਆਉਣ ਜਾਣ ਦਾ ਹੁਕਮ ਹੀ ਹੈ ਮਹਾਰਾਜ ਪਿਆ ਹੋਇਆ, ਇੱਕ ਅਵਨਾਸੀ ਆਪ ਹੈ, ਇਸ ਹੁਕਮ ਨੂੰ ਸਮਝਦਾ ਨਹੀਂ ਹੈ। ਤੂੰ ਸਮਝਦਾ ਕਿ ਮੈਂ ਸਦਾ ਜਿਉਂਦਾ ਰਹਾਂ, ਹੋਰ ਦੁਨੀਆਂ ਮਰਦੀ ਰਹੇ,
ਇਹ ਪਦਾਰਥ ਵੀ ਆਉਣ ਜਾਣ ਵਾਲੇ ਆ, ਸਦਾ ਚੱਲ ਨਹੀਂ ਰਹਿਣੇ, ਸਰੀਰ ਵੀ ਸਦਾ ਚੱਲ ਨਹੀਂ ਰਹਿਣੇ, ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ, ਇਸ ਨੂੰ ਤੂੰ ਬੁਝਦਾ ਨਹੀਂ ਭਾਣੇ ਦੇ ਤਾਈ। ਪਾਪ ਕਰੇ ਤਾਂ ਪਛੂ ਤਾਣੇ, ਅਨੇਕ ਪ੍ਰਕਾਰ ਦੇ ਤੂੰ ਪਾਪਾਂ ਦੇ ਤਾਈ ਕਰਦਾ ਹੈ, ਗਰੀਬਾਂ ਨੂੰ ਦੁੱਖ ਦਿੰਦਾ ਹੈ, ਲਤਾੜਦਾ ਹੈ, ਖੂਨ ਨਚੋੜ ਨਚੋੜ ਕੇ ਉਹਨਾਂ ਦਾ ਪੀਨਾ ਹੈ, ਤੇ ਮਗਰੋਂ ਜਦੋਂ ਦੰਡ ਦਿੰਦੇ ਹੈ ਉਸ ਵੇਲੇ ਪਛੋ ਤਾਣੇ, ਪਛਚਾਤਾਪ ਕਰੇਗਾ ਪਿੱਛੋਂ। ਭਾਵੇ ਸੂ ਪਰਵਾ, ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਹੇ ਮਹਾਰਾਜ ਤੂੰ ਸਦਾ ਨਿਆਂਕਾਰ ਹੈ, ਜੋ ਆਪ ਨੂੰ ਪਾਉਂਦਾ ਸਾਨੂੰ ਤਾਂ ਉਹ ਪ੍ਰਮਾਣਿਕ ਸਫਲਾ ਹੈ। ਤੇਰੇ ਭਾਣੇ ਨੂੰ ਕੁਰਬਾਨ, ਤੇਰੀ ਰਜ਼ਾ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਹੇ ਪਰਮੇਸ਼ਰ। ਨਾਨਕ ਗਰੀਬ ਬੰਦਾ ਜਨ ਤੇਰਾ, ਮਹਾਰਾਜ ਕਹਿੰਦੇ ਹੇ ਪਿਆਰਿਆਂ ਨੂੰ ਬੇਨਤੀ ਕਰ, ਮਹਾਰਾਜ ਮੈਂ ਗਰੀਬ ਬੰਦਾ ਦਾਸ ਆਪਦਾ, ਤੇਰੇ ਜਨਾਂ ਵਿੱਚੋਂ ਭਗਤਾਂ ਵਿੱਚੋਂ ਬੰਦਾ ਗੁਲਾਮ ਹਾਂ, ਆਪ ਕਾ ਬਹੁਤ ਗਰੀਬ ਹਾਂ, ਸਾਧਨਾ ਰੂਪੀ ਧਨ ਤੋਂ ਹੀਣਾ ਹਾਂ, ਨਾਮ ਰੂਪੀ ਗੁਣਾ ਰੂਪੀ ਧਨ ਤੋਂ ਗਰੀਬ ਹਾਂ ਮੈਂ। ਰਾਖ ਲੈ ਸਾਹਿਬ ਪ੍ਰਭ ਮੇਰਾ, ਇਹ ਮੇਰੇ ਸਹਿਬਾ ਤੂੰ ਸਾਡਾ ਮਾਲਕ ਹੈ ਤੇ ਪ੍ਰਭੂ ਸਮਰੱਥ ਹੈ, ਰੱਖ ਕੋ ਹੈ, ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ।